तंगी नहीं है यहाँ पर काम, जैसे मान लीजिए खेती बाड़ी का काम बढ़िया चलता है। हाँ जी, ये सब बहुत अच्छा लगा। हाँ, काम करने में भी ठीक है। नहीं, सारी गल चंगी है, माड़ी तो कोई है ही नहीं। बंदे यहाँ का भी ठीक है, सबसे वातावरण भी ठीक है। चूना लगाएगा? झोना लगा। ठीक है, कनक भी ठीक ही है, यहाँ पर ज़्यादा नहीं चलता है। यहाँ जो कमाते बाले बच्चे भी देते हैं। कुड़िया
ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ, ਮਾਂ ਕੋਲੋਂ ਮੁੱਖ ਨਾ ਛੁਪਾ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ। ਆਈਆਂ ਸਮੁੰਦਰਾਂ ਨੂੰ ਪਾਰ ਕਰਕੇ, ਮਾਵਾਂ ਦੀਆਂ ਰੀਝਾਂ ਦਾ ਸ਼ਿੰਗਾਰ ਕਰਕੇ, ਸਮੁੰਦਰਾਂ ਨੂੰ ਪਾਰ ਕਰਕੇ, ਮਾਵਾਂ ਦੀਆਂ ਰੀਝਾਂ ਦਾ ਸ਼ਿੰਗਾਰ ਕਰਕੇ, ਭੈਣਾਂ ਦੀਆਂ ਮਹਿੰਦੀਆਂ ਹੱਥਾਂ ਤੇ ਲਾਈਆਂ ਨੇ, ਧੀਆਂ ਦੀਆਂ ਝਾਂਜਰਾਂ ਪੈਰਾਂ ਚ ਪਾਈਆਂ ਨੇ, ਧੀਆਂ ਦੀਆਂ ਝਾਂਜਰਾਂ ਪੈਰਾਂ ਚ ਪਾਈਆਂ ਨੇ। ਉਹ ਮੱਥੇ ਤੇ ਸੁਹਾਗਣਾ ਦੇ ਚਾ ਸੋਹਣਿਆ, ਮੱਥੇ ਤੇ ਸੁਹਾਗਣਾ ਦੇ ਚਾ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ, ਮਾਂ ਕੋਲੋਂ ਮੁੱਖ ਨਾ ਛੁਪਾ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ। ਮਜਬੂਰੀ ਲੈ ਕੇ ਆਈਆਂ, ਪੱਲੇ ਵਿੱਚ ਬੱਤੀ ਵੀ ਮਜਬੂਰੀ ਲੈ ਕੇ ਆਈਆਂ, ਬਾਬਿਆਂ ਦੇ ਬੱਟ ਚੋਂ ਸਬੂਰੀ ਲੈ ਕੇ ਆਈਆਂ, ਗੁਰੂਆਂ ਦੀ ਹਾਜ਼ਰੀ ਹਜ਼ੂਰੀ ਲੈ ਕੇ ਆਈਆਂ, ਸੱਜਣਾ ਨੇ ਭੇਜੀ ਇਹ ਦੁਆ ਸੋਹਣਿਆ, ਸੱਜਣਾ ਨੇ ਭੇਜੀ ਇਹ ਦੁਆ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ। ਆਨੰਦ ਲੈ ਕੇ ਆਈਆਂ, ਵੇ ਗੁਰੂ ਲਈ ਕਟਾਏ ਬੰਦ ਬੰਦ ਲੈ ਕੇ ਆਈਆਂ, ਗੁਰੂ ਲਈ ਕਟਾਏ ਬੰਦ ਬੰਦ ਲੈ ਕੇ ਆਈਆਂ। ਜੇ ਤੂੰ ਚਾਹੁੰਦਾ ਦਿੱਲੀ ਦਿਖਾ ਸੋਹਣਿਆ, ਜੇ ਤੂੰ ਚਾਹੁੰਦਾ ਦਿੱਲੀ ਜੈ ਦਿਖਾ ਸੋਹਣਿਆ, ਚੱਲਿਆ ਨੀ ਜਾਣਾ ਤੈਥੋਂ ਤਾਂ ਸੋਹਣਿਆ, ਚੱਲਿਆ ਨੀ ਜਾਣਾ ਤੈਥੋਂ ਤਾਂ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋਹਣਿਆ। ਸੱਥ ਵਿੱਚੋਂ ਗੱਲਾਂ ਲੈ ਕੇ ਆਈਆਂ, ਰਾਵੀ ਤੇ ਚਨਾਬ ਦੀਆਂ ਛੱਲਾਂ ਲੈ ਕੇ ਆਈਆਂ, ਵਾੜਾ ਚੋਂ ਕਰੇਲੇ ਦੀਆਂ ਵੱਲਾਂ ਲੈ ਕੇ ਆਈਆਂ, ਮਾਰੀਆਂ ਮੈਦਾਨਾਂ ਵਿੱਚੋਂ ਮੱਲਾਂ ਲੈ ਕੇ ਆਈਆਂ, ਮਾਰੀਆਂ ਮੈਦਾਨਾਂ ਵਿੱਚੋਂ ਮੱਲਾਂ ਲੈ ਕੇ ਆਈਆਂ। ਉਹ ਕੁਸ਼ਤੀ ਕਬੱਡੀ ਵਾਲੇ ਦਾ ਸੋਹਣਿਆ, ਮੈਂ ਹਾਂ ਤੇਰੇ ਪਿੰਡ ਦੀ ਹਵਾ ਸੋ।
ਹਵਾ ਸੋਹਣਿਆ ਮੈਂ ਹਾਂ ਤੇਰੇ ਪਿੰਡ ਦੀ ਹਵਾ ਪਿਆਰ ਕਿਵੇਂ ਦੇਖੇਗਾ ਯਾਰਾਂ ਨਾਲ ਹੁੰਦੀ ਏ ਬਹਾ ਕਿਵੇਂ ਦੇਖੇਗਾ ਵੇ ਸੱਚ ਬਿਨਾ ਸੱਚੀ ਸਰਕਾਰ ਕਿਵੇਂ ਦੇਖੇਗਾ ਸੱਚ ਬਿਨਾ ਸੱਚੀ ਸਰਕਾਰ ਕਿਵੇਂ ਦੇਖੇਗਾ ਹੋ ਮਰ ਜਾਣਾ ਮਾਰੇ ਗਵਾ ਸੋਹਣਿਆ ਹੋ ਮਰ ਜਾਣਾ ਮਾਰੇ ਗਵਾ ਸੋਹਣਿਆ ਜਿੱਥੇ ਆ ਕੇ ਵਸ ਗਏ ਆ
ਪਿੰਡ ਰਾਮਪੁਰ ਸੁੜੇ ਦੇ ਜੋ ਕਿ ਪੀ ਐਸ ਪੰਮਾ ਜੀ ਨਿਊਜ਼ੀਲੈਂਡ ਤੋਂ ਪੰਜਾਬ ਦੀ ਧਰਤੀ 'ਤੇ ਪੈਰ ਰੱਖ ਚੁੱਕੇ ਆ ਜੀ। ਇਸ ਟਾਈਮ ਤਾਂ ਉਹ ਮੱਝਾਂ ਚੋਣ ਜਾ ਰਿਹਾ ਆ, ਹੁਣ ਤੁਹਾਨੂੰ ਉਹਦੇ ਵਿਚਾਰ ਸਾਂਝੇ ਕਰੋਗੇ ਜੀ। ਹਾਂਜੀ ਪੰਮੇ ਭਾਅ ਜੀ, ਆਪਣੇ ਪਿੰਡ ਬਾਰੇ ਦੱਸੋ ਜੀ, ਕੁਛ ਗੱਲਬਾਤ ਕਰੋ ਜੀ। ਆਪਣੇ ਪਿੰਡ ਦਾ ਮਾਹੌਲ ਕਿੱਦਾਂ ਦਾ ਜੀ? ਆਪਣੇ ਪਿੰਡ ਦੇ ਕਿੰਨੀ ਕੁ ਤਰੱਕੀ ਕਰ ਚੁੱਕੇ ਆ? ਹਾਂਜੀ ਸਤਿ ਸ਼੍ਰੀ ਅਕਾਲ ਜੀ, ਬਹੁਤ ਵਧੀਆ ਜੀ ਭਾਅ ਜੀ, ਆਪਣੇ ਬਹੁਤ ਬਹੁਤ ਸੁਣੇ ਚਾਹੁਣ 'ਤੇ ਧੰਨਵਾਦ। ਥੈਂਕ ਯੂ ਜੀ। ਹੋਰ ਭਾਅ ਜੀ, ਤੁਹਾਡੇ ਪਿੰਡ ਦੀ ਤਰੱਕੀ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਸਾਡੇ ਪਿੰਡ ਨੇ ਕਿੰਨੀ ਤਰੱਕੀ ਕਰ ਲਈ ਆ। ਸਾਡੇ ਪਿੰਡ ਸਟੇਡੀਅਮ ਬਣ ਰਿਹਾ ਆ। ਹਾਂਜੀ ਉਹਦਾ ਬਣ ਰਿਹਾ, ਬਣ ਰਹੀ ਆ, ਠੀਕ ਆ ਜੀ। ਇੰਟਰਲੋਕਿੰਗ ਹੋ ਗਏ ਆ, ਹਾਂਜੀ, ਪੈਪ ਸੀਵਰੇਜ ਦੇ ਸਾਰੇ ਪੈ ਗਏ ਆ, ਠੀਕ ਆ ਜੀ। ਅਤੇ ਹੋਰ ਤਰੱਕੀ ਗਾਂ ਤੋਂ ਗਾਂ ਹੋ ਰਹੀ ਆ, ਜਿੱਦਾਂ ਵੀ ਪਿੰਡ 'ਚ ਪੈਸਾ ਆ ਰਿਹਾ ਹੈ, ਠੀਕ ਆ, ਕਿਉਂਕਿ ਸਾਡੇ ਪਿੰਡ ਦੀ ਜ਼ਮੀਨ ਹੈ ਉਸਦਾ ਠੇਕਾ ਬਹੁਤ ਆਉਂਦਾ ਹੈ, ਠੀਕ ਆ ਜੀ। ਘੱਟੋ ਘੱਟ 12 ਲੱਖ ਰੁਪਇਆ ਸਾਲ ਦਾ ਆ ਜਾਂਦਾ ਹੈ, ਠੀਕ ਆ ਜੀ। ਸਾਡੇ ਪਿੰਡ ਵਿੱਚ ਟੂਬਵੈੱਲ ਦਾ ਸਿਸਟਮ ਵੀ ਲੱਗਾ ਆ, ਬਿਜਲੀ ਅਤੇ ਪਾਣੀ ਵਾਲੀ ਟੈਂਕੀ ਵੀ ਆ। ਸਾਡੇ ਪਿੰਡ ਦੇ 1900 ਖੇਤ ਨੇ, ਦੂਜੇ ਨੰਬਰ 'ਤੇ ਆ ਪਿੰਡ ਸਾਰੇ ਪਿੰਡਾਂ ਨਾਲੋਂ ਜੀ। ਪੰਚਾਇਤ ਦੀ ਜ਼ਮੀਨ ਸਾਰੇ ਪਿੰਡਾਂ ਨਾਲੋਂ ਵੱਧ ਆ ਸਾਡੇ ਪਿੰਡ ਵਿੱਚ, ਠੀਕ ਆ ਜੀ। ਹਾਂਜੀ ਹਾਂਜੀ, ਆਪਣੇ ਪਿੰਡ ਵਿੱਚ ਭਾਅ ਜੀ ਕਿੰਨੇ ਇਤਿਹਾਸ ਹੈ ਜੀ, ਕਿੰਨੇ ਗੁਰਦੁਆਰਾ ਸਾਹਿਬ ਹੈ? ਸਾਡੇ ਪਿੰਡ ਵਿੱਚ 3 ਗੁਰਦੁਆਰੇ, 1 ਮੰਦਰ ਆ। ਹਾਂਜੀ, ਪਹਿਲ ਸਿੰਘ ਸਭਾ ਗੁਰਦੁਆਰਾ ਆ ਜੀ, ਠੀਕ ਹੈ। ਰਵਿਦਾਸ ਗੁਰਦੁਆਰਾ, ਗੁਰੂ ਦੀਆਂ ਫਲਾਈਆਂ ਜੀ, ਠੀਕ ਹੈ ਜੀ। ਬਾਬਾ ਵਾਲਮੀਕ ਦਾ ਮੰਦਰ ਆ ਜੀ, ਹਾਂਜੀ। ਅਤੇ ਉਸ ਤੋਂ ਇਲਾਵਾ ਸਾਡੇ ਪੀਰਾਂ ਦੀਆਂ ਜਗ੍ਹਾ ਆ ਜੀ, ਹਾਂਜੀ। ਇਹ ਮਡਾਲੀ ਵਾਲੇ ਬਾਬਿਆਂ ਦੀ ਹੈ ਜੀ, ਹਾਂਜੀ। ਸਾਡੇ ਪਿੰਡ ਵਿੱਚ ਰਾਮਪੁਰ ਦੇ ਵਿੱਚ ਕਾਲ ਅਕੈਡਮੀ ਹੈ, ਸਭ ਤੋਂ ਵਧੀਆ, ਸਿੱਖ ਇਤਿਹਾਸ ਨਾਲ ਜੋੜਦੀ ਆ ਜੀ, ਠੀਕ ਹੈ ਜੀ। 10ਵੇਂ ਤਾਂ ਸਕੂਲ ਹੈ ਸਾਡੇ ਪਿੰਡ ਜੀ, ਪਾਵਰ ਜੈਂਬੀ ਆ ਜੀ, ਗਾਂਧੀ ਭਵਨ ਦੇ ਵਿੱਚ ਬਣਾਇਆ ਜੀ, ਠੀਕ ਹੈ ਜੀ। ਹਾਂਜੀ ਹਾਂਜੀ, ਆਨੇ ਤੇ ਲੋਕ ਰਾਹੀ ਜੀ, ਜੋ ਕਿ ਸਾਨੂੰ ਅੱਜ ਪਿੰਡ ਰਾਮਪੁਰ ਸੁੰਦੜਾ ਦੇ ਇਤਿਹਾਸ ਬਾਰੇ ਦੱਸਣਗੇ। ਹਾਂਜੀ, ਸਾਡਾ ਪਿੰਡ ਰਾਮਪੁਰ ਸੁੰਦੜਾ ਪਖਵਾੜੇ ਦਾ ਇੱਕ ਉੱਘਾ ਪਿੰਡ ਆ, ਜੋ ਕਿ ਜ਼ਮੀਨ ਦੇ ਵਿੱਚ ਤਕਰੀਬਨ ਸਾਰੇ ਪਖਵਾੜੇ ਦੇ ਵਿੱਚੋਂ ਦੂਜੇ ਨੰਬਰ 'ਤੇ ਆ। ਅਤੇ ਪਿੰਡ ਰਾਮਪੁਰ ਸੁੰਦੜਾ ਇਸ ਵੇਲੇ ਇੱਕ ਪਿੰਡ ਗਿਣਿਆ ਜਾ ਰਿਹਾ, ਹੈ ਵੀ ਇੱਕ ਪਿੰਡ ਆ। ਪੁਰਾਣੇ ਬਜ਼ੁਰਗਾਂ ਦੇ ਹਿਸਾਬ ਨਾਲ, ਸ਼੍ਰੀ ਬਾਕੀ ਰਾਮ ਸਾਡੇ ਬਾਬਾ ਜੀ ਸੀ, ਉਹ ਦੱਸਦੇ ਜੀ, ਹੋਰ ਵੀ ਬਜ਼ੁਰਗ ਦੱਸਦੇ ਆ ਕਿ ਅਸਲ 'ਚ ਰਾਮਪੁਰ ਸੁੰਦੜਾ ਜਿਹੜਾ ਇੱਕ ਪਿੰਡ ਨਹੀਂ, 2 ਪਿੰਡ ਹੁੰਦੇ ਸੀ। ਰਾਮਪੁਰ ਪਿੰਡ ਜੋ ਕਿ ਸ਼੍ਰੀ ਮਹਿੰਦਰ ਸਿੰਘ ਦਾ ਇਸ ਵੇਲੇ ਖੂਹ ਆ, ਮੇਰੀ ਬੈਕ ਸਾਈਡ 'ਤੇ ਕਾਫੀ 6 ਕਿਲੋਮੀਟਰ, ਉਹ ਮੁਸਲਮਾਨਾਂ ਦਾ ਪਿੰਡ ਹੁੰਦਾ। ਇੱਥੇ ਰਾਜਾ ਕਪੂਰਥਲਾ ਉਹਨੂੰ ਰਾਜਸੀ ਕਹਿੰਦੇ, ਅਤੇ ਰਾਜਾ ਕਪੂਰਥਲਾ ਦਾ ਕਹਿੰਦੇ ਮਰਾਸੀ ਇੱਥੋਂ ਦੀ ਲੰਘ ਕੇ ਗਿਆ 5 ਸਟੇ ਨੂੰ, ਅਤੇ ਉਹਨਾਂ ਨੇ ਉਸ ਮਰਾਸੀ ਨੂੰ ਬੰਨ੍ਹ ਲਿਆ ਅਤੇ ਉਹਨੂੰ ਕੁੱਟਿਆ, ਅਤੇ ਕਹਿੰਦੇ ਕਹਿ ਵੀ ਰਾਜੇ ਦੇ ਗਲੇ ਦੇ ਗਲ 'ਚ ਹਾਰ ਪਾ ਕੇ ਕਿਹਾ ਵੀ ਕਹਿ ਰਾਜਾ ਕਪੂਰਥਲਾ ਆ। ਉਸ ਵੇਲੇ ਉਦੋਂ ਰਾਜਾ ਕਪੂਰਥਲਾ ਦੀ ਬੇਇੱਜ਼ਤੀ ਕਰਦੇ ਹੁੰਦੇ ਸੀ ਵੱਖਰ ਜਿਹੜੇ ਮੁਸਲਮਾਨ ਸੀ, ਅਤੇ ਉਹਨਾਂ ਨੇ ਕਿਹਾ ਵੀ ਇਹ ਕਹਿ ਰਾਜਾ ਜਿਹੜਾ ਗਲਾ ਰਾਜਾ ਆ, ਉਹਨੇ ਡਰਦੇ ਨੇ ਉਹਨੂੰ ਕਿਹਾ ਵੀ ਜਿਹੜਾ ਰਾਜਾ ਆ ਕਪੂਰਥਲੇ ਦਾ ਗਲੇ ਨੂੰ। ਉਸ ਤੋਂ ਬਾਅਦ 'ਚ ਉਹਨੇ ਰਾਜ ਜਾ ਕੇ ਰਾਜਾ ਨੂੰ ਦੱਸਿਆ ਵੀ ਤੇਰੇ ਪਿੰਡ 'ਚ ਤੇਰੇ ਬਾਰੇ ਤਾਂ ਇੱਦਾਂ ਮੁਸਲਮਾਨ ਜਿਹੜੇ ਰੱਖਣ ਆ, ਤੇਰਾ ਇੱਦਾਂ ਗਲਤ ਪ੍ਰਚਾਰ ਕਰ ਰਿਹਾ, ਇੱਦਾਂ ਤੂੰ ਕਰ ਰਿਹਾ। ਕਹਿੰਦੇ ਰਾਜੇ ਨੂੰ ਗੁੱਸੇ ਆ ਕੇ ਪੂਰਾ ਰਾਮਪੁਰ ਪਿੰਡ ਸੀਗਾ, ਆਪਣੀਆਂ ਫੌਜਾਂ ਚੜ੍ਹਾ ਕੇ ਤਬਾਹ ਕਰ ਦਿੱਤਾ। ਅੱਜ ਵੀ ਉੱਥੇ ਕਾਫੀ ਟਿਕਰੀਆਂ ਪੁਰਾਣੀਆਂ ਮਿਲਦੀਆਂ ਆ, ਜੋ ਕਿ ਨਿਸ਼ਾਨੀ ਵੀ ਆ ਬਜ਼ੁਰਗਾਂ ਦੀ, ਕੋਈ ਕਈ ਵਾਰ ਗੱਲ ਲੱਗਦੀ ਵੀ ਸੱਚ ਆ। ਉਹ ਪਿੰਡ ਜਿਹੜਾ ਰਾਮਪੁਰ ਸੀ ਉਹ ਤਬਾਹ ਕਰਤਾ, ਅਤੇ ਜਿਹੜਾ ਹੁਣ ਦਾ ਮੌਜੂਦਾ ਸਾਡਾ ਪਿੰਡ ਆ ਇਹਨੂੰ ਰਾਮਪੁਰ ਤਬਾਹ ਕਰਦੇ ਆ, ਪਰ ਅਸਲ 'ਚ ਦੋ ਪਿੰਡ ਰਾਮਪੁਰ ਦੀ ਸੁੰਦਰ। ਉਸ ਵੇਲੇ ਕਹਿੰਦੇ ਉਹ ਰਾਜੇ ਨੇ ਕੋਈ ਵੀ ਉੱਥੇ ਜਿਉਂਦਾ ਨਹੀਂ ਛੱਡਿਆ, ਅਤੇ ਉਸ ਪਿੰਡ ਦੀ ਇੱਕ ਲੜਕੀ ਜੋ ਕਿ ਬਹੁਤ ਪੱਟੀ ਪਿਆ ਹੋਈ ਸੀ ਰਾਮਪੁਰ ਸੁੰਦੜੇ, ਉਸ ਵੇਲੇ ਆਪਣੇ ਮਾਪਿਆਂ ਨੂੰ ਗਈ ਹੋਈ ਸੀ ਕਰਨੀ, ਉਹਨੂੰ ਛੱਡ ਕੇ ਬਾਕੀ ਉਹ ਰਾਜੇ ਨੇ ਸਾਰੇ ਬੱਚੇ ਬਜ਼ੁਰਗ ਬੁੱਢੇ ਸਭ ਮਾਰ ਦਿੱਤੇ, ਅਤੇ ਉਹ ਜਨਾਨੀ ਜਿਹੜੀ ਉਹ ਲੜਕੀ ਹੈ ਕੁਦਰਤੀ ਉੱਥੇ ਗਈ ਹੋਣ ਕਰਕੇ ਬਚ ਗਈ। ਅਤੇ ਉਸ ਵੇਲੇ ਉਹਦੇ ਨਿਆਣਾ ਨਿਕਾਹ ਹੋ ਬਾਅਦ ਜਦੋਂ ਉਹਦੇ ਬਾਅਦ ਵਿੱਚ ਮੁੰਡਾ ਜੰਮਿਆ, ਅਤੇ ਉਹਦੀ ਅੱਜ ਵੀ ਅੰਸ਼ ਉੱਥੇ ਬੋਹਣ ਪੱਟੀ ਪਿੰਡ ਦੇ ਵਿੱਚ ਆ, ਬੋਹਣ ਪਿੰਡ ਦੇ ਵਿੱਚ। ਅਤੇ ਅੱਜ ਵੀ ਉਸ ਪਿੰਡ ਨੂੰ, ਉਸ ਪੱਟੀ ਨੂੰ ਕਹਿੰਦੇ ਸੁੰਦੜੇ ਵਾਲਿਆਂ ਦੀ ਪੱਟੀ ਕਿਹਾ ਜਾਂਦਾ ਆ, ਜੋ ਕਿ ਬਜ਼ੁਰਗਾਂ ਤੋਂ ਸੁਣਿਆ ਅਤੇ ਕੋਸ਼ਿਸ਼ ਕਰ ਰਹੇ ਆ ਵੀ ਕੋਈ ਪਿੰਡ ਦੇ ਇਸ ਇਤਿਹਾਸ ਬਾਰੇ ਆ, ਕੋਈ ਕਿਸੇ ਹੋਰ ਜਗ੍ਹਾ ਤੋਂ ਪਤਾ ਕਰਕੇ ਇਸ ਗੱਲ ਨੂੰ ਅਸੀਂ ਕਾਗਜ਼ੀ ਤੌਰ 'ਤੇ ਸਿੱਧ ਕਰ ਸਕੀਏ ਵੀ ਵਾਕਿਆ 2 ਪਿੰਡ ਸੀ। ਇੰਨਾ ਹੀ ਕਹਿੰਦਾ ਹੋਇਆ, ਆਪ ਤੋਂ ਰਜਾ ਦਿੰਦਾ। ਵਾਹਿਗੁਰੂ ਜੀ ਦਾ ਖਾਲਸਾ, ਵਾਹਿਗੁਰੂ ਜੀ।